दोस्तों अक्सर चोणां दे दौरान जां नॉमीनेशन दे दौरान कई उम्मीदवार जिहड़े हुंदे उहनां उत्ते कुछ दूषणबाजी कुछ इल्जाम लगदे आ तां कि उह चोण ना लड़ सकण। ते अज साडे नाल हाजिर ने नरेश भारद्वाज, जिहड़े कि एलरजली तों कंजरवेटिव पार्टी वल्लों MLA रहि चुके आ। तुहानूं याद होएगा कि फरवरी दे विच जदों नॉमीनेशन चल रही सी एलरजली दी, ਉਹਦੇ ਦੌਰਾਨ ਕੁਛ ਹੋਰ ਵੀ ਉਮੀਦਵਾਰ ਜਿਹੜੇ ਉਹ ਮੈਦਾਨ 'ਚ ਆਏ ਸੀ ਅਤੇ ਨਰੇਸ਼ ਹੋਣਾ ਉੱਤੇ ਕੁਛ ਐਲੀਗੇਸ਼ਨ ਕੁਛ ਇਲਜ਼ਾਮ ਲੱਗੇ ਸੀ। ਜਿਹੜਾ ਤੁਹਾਡਾ ਇਮੇਜ ਸੀਗਾ ਉਸ ਦੌਰਾਨ ਚੋਣਾਂ ਤੋਂ ਪਹਿਲਾਂ, ਉਹਦੇ ਬਾਰੇ ਕਾਫੀ ਲੋਕਾਂ ਦੇ ਵਿੱਚ ਆਪਣੇ ਭਾਈਚਾਰੇ ਦੇ ਵਿੱਚ ਸੀ ਕਿ ਤੁਸੀਂ ਕੁਛ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੂੰ ਆਪ ਚੋਣ ਜਿੱਤਣ ਵਾਸਤੇ, ਇਹੋ ਜਿਹੇ ਕੁਛ ਇਲਜ਼ਾਮ ਸੀਗੇ, ਉਹਨਾਂ ਬਾਰੇ ਦੱਸੋ ਤੁਸੀਂ। ਲਾਡ ਜੀ, ਮੈਂ ਤਾਂ ਪਹਿਲੇ ਦਿਨ ਤੋਂ ਹੀ ਇਹ ਗੱਲ ਕਹੀ ਆ ਕਿ ਜੋ ਵੀ ਮੇਰੇ 'ਤੇ ਇਲਜ਼ਾਮ ਲੱਗੇ ਆ ਬਿਲਕੁਲ ਝੂਠੇ ਆ, ਔਰ ਜੇ ਇਸ ਇਨਸਾਨ ਨੇ ਮੇਰੇ ਉੱਤੇ ਇਲਜ਼ਾਮ ਲਾਏ ਆ ਉਹਨੂੰ ਮੈਂ ਕਦੀ ਮਿਲਿਆ ਹੀ ਨਹੀਂ, ਮੈਨੂੰ ਪਤਾ ਹੀ ਨਹੀਂ ਬੰਦਾ ਕੌਣ ਆ। ਅਸੀਂ ਆਪਣੇ ਇਸ ਕਮਿਊਨਿਟੀ ਦੇ ਵਿੱਚ 18 ਸਾਲ ਦਾ ਸੀ ਜਦੋਂ ਮੈਂ ਇੱਥੇ ਰਹਿ ਰਿਹਾ ਮੈਲਵੁੱਡਸ ਦੇ ਵਿੱਚ, ਔਰ ਸਾਰੇ ਹੀ ਹਜ਼ਾਰਾਂ ਹੀ ਆਪਣੇ ਭੈਣਾਂ ਭਰਾਵਾਂ ਨੂੰ ਮੈਂ ਜਾਣਦਾ, ਔਰ ਇਸ ਇੰਡੀਵਿਜੁਅਲ ਨੂੰ ਕਦੀ ਮੈਂ ਮਿਲਿਆ ਨਹੀਂ, ਪਤਾ ਹੀ ਨਹੀਂ ਬੰਦਾ ਕੌਣ ਆ। ਆਈ ਹੈਵ ਨੋ ਆਈਡੀਆ ਵੀ ਕਿੱਥੋਂ ਆਇਆ, ਔਰ ਆਲ ਆਫ ਅ ਸਡਨ ਮੈਨੂੰ ਅਕਿਊਜ਼ ਕੀਤਾ ਕਿ ਮੈਨੂੰ ਇਹਨੇ ਬ੍ਰਾਈਬ ਕਰਨ ਦੀ ਟਰਾਈ ਕੀਤੀ ਆ। ਉਹਦੇ ਬਾਰੇ ਕੋਈ ਇਨਕੁਆਇਰੀ ਹੋਈ, ਉਹਦਾ ਕੀ ਨਤੀਜਾ ਨਿਕਲਿਆ? ਦੇਖੋ, ਤੁਸੀਂ ਨਿਊਜ਼ ਵੀ ਪੜ੍ਹੀ ਹੋਣੀ ਆ ਬਈ ਇੱਕ ਲੈਂਥੀ ਇਨਵੈਸਟੀਗੇਸ਼ਨ ਤੋਂ ਬਾਅਦ ਪੁਲਿਸ ਨੇ ਬੜੀ ਹੀ ਥੋਰੋ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਆ, ਔਰ ਮੈਨੂੰ ਇੱਕਦਮ ਨੋ ਚਾਰਜਸ ਆਰ ਬੀਂਗ ਲੇਡ, ਕਿਉਂਕਿ ਮੈਂ ਤਾਂ ਡੇ ਵਨ ਤੋਂ ਹੀ ਕਹਿ ਰਿਹਾ ਕਿ ਇੱਕਦਮ ਮੈਂ ਨਿਰਦੋਸ਼ ਹਾਂ, ਔਰ ਫਾਈਨਲੀ ਪੁਲਿਸ ਨੇ ਵੀ ਇਹੀ ਵਰਡਿਕਟ ਦਿੱਤਾ। ਔਰ ਮੇਰਾ ਇਹ ਮੇਰੀ ਸੋਚ ਆ ਕਿ ਇਸ ਕੰਟਰੀ ਦੇ ਵਿੱਚ ਰਹਿ ਕੇ ਤੁਸੀਂ ਅਗਰ ਕਿਸੇ ਨੂੰ ਝੂਠਾ ਫਰੇਮ ਕਰਨ ਦੀ ਟਰਾਈ ਕਰੋਗੇ, ਝੂਠਾ ਇਲਜ਼ਾਮ ਲਾਉਣ ਦੀ ਟਰਾਈ ਕਰੋਗੇ, ਇੱਥੇ ਬਹੁਤ ਸਟਰੋਂਗ ਸਾਡੇ ਜੁਡੀਸ਼ਰੀ ਆ, ਸਾਡਾ ਲਾਅ ਐਂਡ ਆਰਡਰ ਇਜ਼ ਵੈਰੀ ਸਟਰੋਂਗ ਇਨ ਦਿਸ ਕੰਟਰੀ, ਔਰ ਤੁਸੀਂ ਇਹਦੇ ਨਾਲ ਗੈਟ ਅਵੇ ਨਹੀਂ ਹੋ ਸਕਦੇ ਕਿਸੇ ਦੇ ਝੂਠੇ ਇਲਜ਼ਾਮ ਲਗਾ ਕੇ। ਕਿਸੇ ਤਰ੍ਹਾਂ ਦੇ ਚਾਰਜ ਵੀ ਲੱਗੇ ਸੀ ਤੁਹਾਡੇ 'ਤੇ ਜਾਂ ਸਿਰਫ ਇਨਵੈਸਟੀਗੇਸ਼ਨ ਹੀ ਹੋਈ ਸੀ? ਕੋਈ ਚਾਰਜਸ ਨਹੀਂ ਲੱਗੇ ਜੀ, ਕਿਉਂਕਿ ਦੈਟਸ ਵਾਈ ਮੈਨੂੰ ਉਹਨਾਂ ਨੇ ਫਰੀ ਕੀਤਾ। ਅਗਰ ਕੋਈ ਚਾਰਜਸ ਲੱਗਦੇ ਤਾਂ ਦੈਟ ਵੁੱਡ ਬੀਨ ਅ ਡਿਫਰੈਂਟ ਸਟੋਰੀ ਆਲ ਟੁਗੈਦਰ। ਔਰ ਝੂਠਾ ਜਿਹੜਾ ਬੰਦਾ ਤੁਸੀਂ ਇੱਕਦਮ ਨਿਰਦੋਸ਼ ਆ ਉਹਦੇ ਉੱਤੇ ਚਾਰਜ ਤੁਸੀਂ ਕਿੱਦਾਂ ਲਾ ਦਿਓਗੇ? ਕਿਉਂਕਿ ਮੈਂ ਤਾਂ ਪਹਿਲੇ ਦਿਨ ਤੋਂ ਹੀ ਕਿਹਾ ਵੀ ਇਨਫੈਕਟ ਮੈਂ ਬੰਦੇ ਦੇ ਜਦ ਨਜ਼ਦੀਕ ਹੀ ਨਹੀਂ ਗਿਆ। ਪਹਿਲੀ ਗੱਲ, ਮੈਂ ਜਿਹਨੇ ਵੀ ਮੈਨੂੰ ਕੁਐਸਚਨ ਕੀਤਾ ਮੈਂ ਵਾਲੰਟਰੀਲੀ ਕਿਹਾ ਕਿ ਮੇਰਾ ਤੁਸੀਂ ਪੋਲੀਗ੍ਰਾਫ ਟੈਸਟ ਕਰਾਓ, ਔਰ ਵਾਲੰਟਰੀਲੀ ਮੈਂ ਪੋਲੀਗ੍ਰਾਫ ਟੈਸਟ ਕਰਾਇਆ ਔਰ ਉਹਨੂੰ ਮੈਂ ਪਾਸ ਕੀਤਾ। ਠੀਕ ਹੈ ਜੀ, ਅਤੇ ਹੁਣ ਸਥਿਤੀ ਕਿੱਥੇ ਆ? ਕਿਉਂਕਿ ਸੂਬੇ ਦੀਆਂ ਚੋਣਾਂ ਵੀ ਜਿਹੜੀਆਂ ਨੇ ਇਸ ਸਾਲ ਹੋ ਚੁੱਕੀਆਂ ਨੇ, 4 ਸਾਲ ਪਏ ਆ, ਫੈਡਰਲ ਚੋਣਾਂ ਵੀ ਹੋ ਚੁੱਕੀਆਂ ਨੇ, 4 ਸਾਲ ਪਏ ਆ, ਕੌਂਸਲ ਦੀਆਂ ਵਿੱਚ ਵੀ ਅਜੇ ਹੈ, ਜੇ ਹੁਣ ਕੋਈ ਹੈ ਇਰਾਦਾ ਕੌਂਸਲ ਵਿੱਚ ਵੀ ਸੀਟ ਖਾਲੀ ਆ, ਜਾਂ ਅੱਗੇ ਤੋਂ ਤੁਹਾਡੀ ਫਿਊਚਰ ਦੇ ਭਵਿੱਖ ਕਿਵੇਂ, ਤੁਹਾਡਾ ਰਾਜਨੀਤਿਕ ਤੁਸੀਂ ਦੱਸੋਗੇ? ਥੈਂਕ ਯੂ ਬਿੰਦਰ ਸਾਹਿਬ। ਜਿੰਨਾ ਅੱਜ ਤੋਂ ਮੈਂ 5 ਸਾਲ ਪਹਿਲਾਂ ਪਾਰਟੀ ਦੇ ਨਾਲ ਇਨਵੋਲਵ ਸੀ, ਉਨਾ ਹੀ ਅੱਜ ਦੇ ਡੇਟ 'ਚ ਵਿੱਚ ਇਨਵੋਲਵ ਹਾਂ। ਕੋਈ ਕਮਿਊਨਿਟੀ ਦਾ ਦੁੱਖ ਸੁੱਖ ਮੈਂ ਕਦੀ ਮਿਸ ਨਹੀਂ ਕੀਤਾ, ਔਰ ਮੇਰੀ ਪੂਰੀ ਇੰਟੈਂਸ਼ਨ ਹੈ ਕਿ 4 ਸਾਲ ਬਾਅਦ ਜਦੋਂ ਨੈਕਸਟ ਪ੍ਰੋਵਿੰਸ਼ਲ ਚੋਣਾਂ ਆਉਣਗੀਆਂ ਉਹਦੇ ਵਿੱਚ ਮੈਂ ਰਨ ਕਰਾਂਗਾ।